ਦੋਸਤੋ, ਬੀਤੇ ਕੱਲ ਅੰਮ੍ਰਿਤਸਰ ਦੇ ਬਟਾਲਾ ਰੋਡ ਸੰਧੂ ਕਲੋਨੀ ਕੁੰਡਿਆਂ ਵਾਲੇ ਖੂਹ ਦੇ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਹਦੇ ਵਿੱਚ ਇੱਕ ਨੌਜਵਾਨ ਫੱਟਰ ਵੀ ਹੋਇਆ ਸੀ। ਪੁਲਿਸ ਵੱਲੋਂ ਬਹੁਤ ਜਲਦੀ ਇਸ ਪੂਰੇ ਮਾਮਲੇ ਨੂੰ ਸੁਲਝਾ ਲਿੱਤਾ ਗਿਆ। ਆਖਿਰਕਾਰ ਹੋਇਆ ਕੀ ਸੀ, ਇਹ ਅਸੀਂ ਜਾਣ ਲੈਂਦੇ ਹਾਂ। ਸਾਡੇ ਨਾਲ ਅਧਿਕਾਰੀ ਮੌਜੂਦ ਨੇ, ਪ੍ਰਭਜੋਤ ਸਿੰਘ ਜੀ। ਸਰ, ਕੀ ਕਹਿਣਾ ਚਾਹੁੰਦੇ ਜੀ, ਕਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਸੀ ਉਦੋਂ, ਪਹਿਲੇ ਉਹਦੇ ਬਾਰੇ ਜਾਣੂ ਕਰਾਓ, ਫਿਰ ਕਾਬੂ ਕੀਤੇ, ਫਿਰ ਅਸੀਂ ਉਹਦੇ ਬਾਰੇ ਵੀ ਜਾਣੂ। ਕੱਲ੍ਹ ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀ 4:30 ਵਜੇ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ ਕਿ ਇੱਕ ਕੁੰਡਿਆਂ ਵਾਲੇ ਖੂਹ ਹੈਗਾ, ਉਹਦੇ ਵਿੱਚ ਗੋਲੀ ਚੱਲੀ ਹੈ, ਘਰ ਦੇ ਬਾਹਰ ਇੱਕ ਬੰਦਾ ਇੰਜਰਡ ਹੋ ਗਿਆ। ਅਤੇ ਇਸ ਸੰਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ ਜਿਹੜਾ 20 FIR ਦਰਜ ਕੀਤਾ ਸੀਗਾ ਅੰਦਰ 307 34 IPC ਦੇ ਆਮ ਜੈਕਟ ਦੇ ਵਿੱਚ ਪ੍ਰੀਲਿਮਨਰੀ, ਜਿਹੜੇ ਇਹਦੇ ਵਿੱਚ ਜਿਹੜਾ ਉੱਥੇ ਜਾ ਕੇ ਜਿਹੜਾ ਸੀਗਾ ਆਪਣਾ ਦੋਸ਼ੀ ਸੀਗਾ, ਉਹਨੇ ਆਪਣੇ ਆਪ ਨੂੰ ਵਿਕਟਮ ਕੋਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਘਰ ਆ ਕੇ ਜੀ ਉਹਨਾਂ ਨੇ ਇੱਟਾਂ ਮਾਰੀਆਂ ਅਤੇ ਫਿਰ ਇਹਨਾਂ ਨੇ ਹੀ ਗੋਲੀ ਚਲਾਈ ਅਤੇ ਆਪ ਲੈ ਗਏ। ਜਦਕਿ ਜਦੋਂ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਜਿਹੜੇ ਹੈਗੇ CCTV ਫੁਟੇਜ ਆਰਾਮ ਕਰ ਜਿੰਨੇ ਵੀ ਐਵੀਡੈਂਸ ਉੱਥੋਂ ਲਏ ਅਤੇ ਉਹਨਾਂ ਨੇ ਕਹਾਣੀ ਕੁਛ ਹੋਰ ਦੱਸੀ ਹੈ। ਸੋ ਇਸ ਮੁਤਾਬਕ ਜਿਹੜਾ ਸੀਗਾ ਅੰਕੁਸ਼ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਇਹਦੇ ਨਾਲ ਇੱਕ ਹੋਰ ਮੁਲਜ਼ਮ ਸੀਗਾ ਉਹਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ, ਰੇਡਿੰਗ ਪਾਰਟੀਜ਼ ਗਈਆਂ ਹੋਈਆਂ ਨੇ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਘਰ ਅਟੈਕ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਵੀ ਦੋ ਜਿਹੜੇ ਬੰਦੇ ਹੈਗੇ ਅਸੀਂ ਫੜ ਲੈਣੇ। ਅੱਛਾ ਸਰ, ਕਿੰਨੇ ਜਣੇ ਆਏ ਸਨ ਅਤੇ ਗੋਲੀਆਂ ਕਿੰਨੀਆਂ ਚੱਲੀਆਂ ਸੀ ਉਸ ਇਲਾਕੇ ਦੇ? ਜਿਹੜੀ ਹੁਣ ਤੱਕ ਦੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ, ਉਹਦੇ ਵਿੱਚ ਇੱਕ ਪਾਸਿਓਂ 4 ਬੰਦੇ ਆਏ ਸੀ, ਦੂਸਰੇ ਪਾਸੇ 2 ਬੰਦੇ ਸੀਗੇ ਦੂਸਰੇ ਪਾਸੇ। ਅੱਛਾ ਸਰ, ਜਿਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਪੂਰੀ ਵਾਪਰੀ ਹੈ, ਇਮੀਡੀਏਟਲੀ ਇੱਕ ਸਾਰਾ ਸਮਝਾਉਣਾ, ਪੁਲਿਸ ਨੂੰ ਦੱਸਣਾ ਕਿ ਇਸ ਤਰੀਕੇ ਨਾਲ ਸਾਰਾ ਬੀਤਿਆ, ਇਹ ਕਹਾਣੀ ਬਣਾਉਣੀ ਥੋੜ੍ਹੀ ਮੁਸ਼ਕਲ ਹੁੰਦੀ, ਯਕਦਮ ਕਹਾਣੀ ਬਣਾਉਣੀ। ਲੱਗਦਾ ਕਿ ਇਹਨਾਂ ਨੇ ਪਹਿਲਾਂ ਪਲੈਨ ਕੀਤਾ ਸੀ ਕਿ ਸਾਡੇ ਉੱਤੇ ਹਮਲਾ ਹੋਣਾ ਜਾਂ ਤਾਂ ਕੋਈ ਧਮਕੀ ਆਈ ਹੋਵੇ, ਇਹ ਤਿਆਰੀ 'ਚ ਪਹਿਲਾਂ ਹੀ ਬੈਠੇ ਹੋਣ, ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈਗੀ? ਦੇਖੋ, ਜੋ ਹਜੇ ਬਹੁਤ ਜ਼ਿਆਦਾ ਤਾਂ ਮੈਂ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਆ ਤਾਂ ਇਹਨੂੰ ਜ਼ਿਆਦਾ ਨਹੀਂ ਤੁਹਾਨੂੰ ਦੱਸ ਪਾਵਾਂਗਾ, ਬਟ ਇੰਨਾ ਮੈਂ ਜ਼ਰੂਰ ਦੱਸਾਂਗਾ ਕਿ ਜੋ ਵਿਕਟਮ ਸੀਗਾ ਉਹ ਅਕਿਊਜ਼ ਸੀਗਾ ਅਤੇ ਉਹਨੇ ਆਪਣੇ ਆਪ ਨੂੰ ਪ੍ਰੈਜੈਂਟ ਇਸ ਤਰੀਕੇ ਨਾਲ ਆਪਣੀ ਸਟੋਰੀ 'ਚ ਕੀਤਾ ਕਿ ਮੈਂ ਵਿਕਟਮ ਹੈਗਾ, ਜਦਕਿ ਜਿਹੜੀ ਕਹਾਣੀ ਜਿਹੜੀ ਸੀਗੀ ਉਹ ਹੋਰ ਸੀਗੀ। ਅੱਛਾ, ਉਹਨੇ ਕਹਾਣੀ ਦੱਸੀ ਕੀ ਸੀ ਸਰ, ਜਦੋਂ ਤੁਸੀਂ ਉੱਥੇ ਪਹੁੰਚੇ ਸੀ, ਜਿਨ੍ਹਾਂ ਦੇ ਵੱਲੋਂ ਕਿਹਾ ਕਿ ਤੁਹਾਡੇ 'ਤੇ ਹਮਲਾ ਕੀਤਾ ਸੀ, ਉਹਨਾਂ ਨੇ ਤੁਹਾਨੂੰ ਪਹਿਲੇ ਬਿਆਨ ਦੇ ਵਿੱਚ ਕੀ ਦੱਸਿਆ ਸੀ? ਉਹਨਾਂ ਨੇ ਤਾਂ ਇਹੀ ਦੱਸਿਆ ਸੀ ਕਿ ਸਾਡੇ ਘਰ ਦੇ ਉੱਤੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਆ ਆਪਣੇ ਫਾਇਰਿੰਗ ਵੀ ਕੀਤੀ ਹੈ ਅਤੇ ਇੱਟਾਂ ਰੋੜੇ ਮਾਰੇ, ਜਦਕਿ ਫਾਇਰਿੰਗ ਜਿਹੜੀ ਹੈ ਵਿਕਟਮ ਪਾਰਟੀ ਵੱਲੋਂ ਕੀਤੀ ਹੈ। ਬਾਅਦ 'ਚੋਂ ਪਤਾ ਲੱਗ ਕਲੀਅਰ ਕਰ ਲਿੱਤਾ ਕਿ ਹੋਰ ਸੀ ਸਰ, ਇਹਨਾਂ 'ਤੇ ਮਾਮਲੇ ਕੋਈ ਦਰਜ ਹੈਗੇ ਦੋਨਾਂ ਪਾਰਟੀਆਂ ਦੇ ਉੱਤੇ? ਦੋਨਾਂ ਪਾਰਟੀਆਂ 'ਤੇ ਪਹਿਲਾਂ ਇੱਕ ਮੁਕੱਦਮਾ ਦਰਜ ਹੈਗਾ ਆ ਜੀ। ਅਤੇ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜਦੋਂ ਘਟਨਾ ਪੂਰੀ ਵਾਪਰੀ ਹੈ ਤਾਂ ਉਸ ਸਮੇਂ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਮਹਿਲਾਵਾਂ ਵੀ ਮੌਜੂਦ ਸਨ ਜਿਨ੍ਹਾਂ ਦੇ ਉੱਤੇ ਹਮਲਾ ਕਿਹਾ ਜਾਂਦਾ ਕਿ ਡਰ ਕੇ ਅੰਦਰ ਹੀ ਲੁਕ ਗਏ ਸਨ, ਇਸ ਤਰ੍ਹਾਂ ਦੀ ਕਹਾਣੀ ਇੱਕ ਬਣਾਈ ਗਈ ਸੀ, ਮੀਡੀਆ ਨੂੰ ਵੀ ਗੁੰਮਰਾਹ ਕੀਤਾ ਗਿਆ ਸੀ, ਪੁਲਿਸ ਨੂੰ ਵੀ ਗੁੰਮਰਾਹ ਕੀਤਾ ਗਿਆ ਸੀ ਇਹਨਾਂ ਵੱਲੋਂ, ਮਹਿਲਾਵਾਂ ਵੀ ਉਨ੍ਹਾਂ ਹੀ ਵਿੱਚ ਸ਼ਾਮਲ ਨੇ ਇਸ? ਦੇਖੋ, ਜਦੋਂ ਇਹੋ ਜਿਹੀ ਕੋਈ ਵੀ ਕਹਾਣੀ ਬਣਾਈ ਜਾਂਦੀ ਹੈ ਤਾਂ ਕੋਈ ਨਾ ਕੋਈ ਉਹਨੂੰ ਸੈਂਸੇਸ਼ਨ ਬਣਾਉਣ, ਉਹਨੂੰ ਸਪਾਈਸੀ ਬਣਾਉਣ ਦੇ ਲਈ ਜਿਹੜਾ ਹੈਗਾ ਇੱਦਾਂ ਦੇ ਇਮੋਸ਼ਨਲ ਜਿਹੜੀਆਂ ਚੀਜ਼ਾਂ ਵਿੱਚ ਜ਼ਰੂਰ ਪਾਈਆਂ ਜਾਂਦੀਆਂ। ਸੋ ਕਿਤੇ ਨਾ ਕਿਤੇ ਉਹ ਚੀਜ਼ ਸੀਗੀ ਕਿ ਪੁਲਿਸ ਨੂੰ ਮਿਸਲੀਡ ਕੀਤਾ ਜਾਏ, ਪ੍ਰੈਸ ਨੂੰ ਮਿਸਲੀਡ ਕੀਤਾ ਜਾਏ, ਬਟ ਸਾਡੇ SHO ਸਾਹਿਬ ACP ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ CCTV ਫੁਟੇਜ ਦੀ ਮਦਦ ਦੇ ਨਾਲ ਅਸੀਂ ਸੱਚ ਦਾ ਸੱਚ ਜਿਹੜਾ ਹੈ ਆਖਰ ਕੋਸ਼ਿਸ਼ ਦਾ 12 ਘੰਟੇ ਦੇ ਵਿੱਚ ਸਾਹਮਣੇ ਲਿਆਂਦਾ ਜੀ। ਸਰ, ਤਾਰੀਫ ਯੋਗ ਹੈ ਤੁਹਾਡਾ ਜਿਹੜਾ, ਕਿਉਂਕਿ ਬਹੁਤ ਜਲਦੀ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਆ, ਲੋਕਾਂ ਨੂੰ ਜਿਹੜਾ ਭਰੋਸਾ ਹੈ, ਭਰੋਸਾ ਜਿਹੜਾ ਕਾਇਮ ਰੱਖਣ ਵਾਸਤੇ ਤੁਸੀਂ ਜਲਦ ਤੋਂ ਜਲਦ ਕਾਰਵਾਈ ਕੀਤੀ ਆ, ਪਰ ਇਹਦੇ ਵਿੱਚ ਹੁਣ ਜਿਹੜੀ ਆ ਘਟਨਾ ਵਾਪਰਦੀ ਆ, ਕੀ ਲੱਗਦਾ ਕਿ ਹੌਸਲੇ ਕਿਤੇ ਨਾ ਕਿਤੇ ਬੁਲੰਦ ਹੁੰਦੇ ਜਾ ਰਹੇ ਨੇ, ਗੋਲੀਆਂ ਲਗਾਤਾਰ ਚੱਲਦੀਆਂ ਪਈਆਂ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ, ਗੋਲੀਆਂ ਚੱਲਦੀਆਂ ਪਈ, ਕੀ ਉਹਨਾਂ ਦੇ ਹੌਸਲੇ ਵੱਧ ਨੇ ਜਾਂ ਫਿਰ ਡਰ ਨਹੀਂ ਰਹਿ ਗਿਆ, ਕੀ ਕਾਰਨ ਕੀ ਪਾਉਂਦੇ ਅਸੀਂ ਵੈਸੇ? ਨਹੀਂ, ਜਿਹੜੇ ਹੌਸਲੇ ਬੁਲੰਦ ਵਾਲੀ ਗੱਲ ਤਾਂ ਨਹੀਂ ਹੈਗੀ ਹੈ। ਦੇਖੋ, ਕੋਈ ਵੀ ਸੋਸਾਇਟੀ ਜਦੋਂ ਦੀ ਸ੍ਰਿਸ਼ਟੀ ਬਣੀ ਆ, ਕੋਈ ਇਹ ਨਹੀਂ ਕਹਿ ਸਕਦਾ ਕਿ ਕ੍ਰਾਈਮ ਤੋਂ ਫ੍ਰੀ ਹੋ ਸਕਦੀ ਹੈ ਸੋਸਾਇਟੀ। ਸੋਸਾਇਟੀ ਦੇ ਵਿੱਚ ਕ੍ਰਾਈਮ ਹੁੰਦਾ ਰਹਿਣਾ ਆ, ਔਰ ਕੋਈ ਵੀ ਬੰਦਾ ਕ੍ਰਾਈਮ ਨੂੰ ਕਹਿ ਨਹੀਂ ਸਕਦਾ ਵੀ ਮੈਂ ਕ੍ਰਾਈਮ ਨਹੀਂ ਹੁੰਦਾ ਹੈਗਾ, ਬਟ ਕ੍ਰਾਈਮ ਨੂੰ ਹੋ ਜਾਣਾ ਅਤੇ ਉਹਨੂੰ ਡਿਟੈਕਟ ਕਰ ਲੈਣਾ, ਇਹੀ ਇਸੇ ਲਈ ਪੁਲਿਸ ਜਿਹੜੀ ਹੈ ਟ੍ਰੇਨਡ ਕੀਤੀ ਜਾਂਦੀ ਹੈ, ਇਸੇ ਲਈ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ।
ਦੋ ਚੀਜ਼ਾਂ ਹੀ ਹੁੰਦੀਆਂ ਪੁਲਿਸ ਨੂੰ ਹਮੇਸ਼ਾ ਸਿਖਾਈ ਜਾਂਦੀਆਂ, ਪ੍ਰਵੈਂਸ਼ਨ ਅਤੇ ਡਿਟੈਕਸ਼ਨ। ਪ੍ਰਵੈਂਸ਼ਨ ਜਿਹੜੇ ਹੈਗੇ ਆ, ਨਾਕੇ ਲਾ ਕੇ ਵੀ ਕ੍ਰਾਈਮ ਨੂੰ ਪ੍ਰਿਵੈਂਟ ਕੀਤਾ ਜਾਏ, ਨਹੀਂ ਹੋ ਗਿਆ ਤਾਂ ਫਿਰ ਉਹਨੂੰ ਡਿਟੈਕਟ ਕੀਤਾ ਜਾਏ। ਹੋਰ ਤਾਂ ਕੋਈ ਵੀ ਬੰਦਾ ਮੈਨੂੰ ਲੱਗਦਾ ਨਹੀਂ ਦੁਨੀਆਂ 'ਚ ਐਸਾ ਕੋਈ ਵੀ ਐਸੀ ਪੁਲਿਸ ਹੈਗੀ ਹੈ ਜਿਹੜੀ ਮਤਲਬ ਕਿ ਆਪਾਂ ਨੂੰ ਐਫੀਡੈਵਿਟ ਜਾਂ ਕੋਈ ਉਹ ਕਰਕੇ ਦੇ ਸਕਦੀ ਆ ਵੀ ਅਸੀਂ ਕ੍ਰਾਈਮ ਫਰੀ ਸੁਸਾਇਟੀ ਹੈਗੀ ਹਾਂ। ਕਿਸੇ ਵੀ ਥਾਂ 'ਤੇ, ਕਿਸੇ ਵੀ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਕ੍ਰਾਈਮ ਫਰੀ ਸੁਸਾਇਟੀ ਕਿਤੇ ਵੀ ਨਹੀਂ ਹੈਗੀ। ਕ੍ਰਾਈਮ ਹੋ ਜਾਣਾ, ਉਹਨੂੰ ਡਿਟੈਕਟ ਕਰ ਲੈਣਾ, ਜਿਹੜਾ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਅਸੀਂ ਇਸ ਚੀਜ਼ ਨੂੰ ਬਾਖੂਬੀ ਕਰ ਰਹੇ ਹਾਂ। ਪੰਜਾਬ ਪੁਲਿਸ ਬਹੁਤ ਵਧੀਆ ਬਿਹਤਰੀਨ ਇੱਕ ਪੁਲਿਸ ਹੈਗੀ ਹੈ ਔਰ ਇਸ ਚੀਜ਼ ਨੂੰ ਡਿਟੈਕਸ਼ਨ ਕਰ ਰਹੀ ਆ। ਔਰ ਇਹ ਸਰ ਕੀ ਕੀਤੀ ਜਾਏਗੀ ਕਦੋਂ ਤੱਕ ਬਾਕੀ ਜਿਹੜੇ ਨੇ ਉਹ ਵੀ ਪੁਲਿਸ ਦੀ ਇਹਦੇ ਵਿੱਚ ਜਿਹੜੇ ਵੀ ਬੰਦੇ ਹੈਗੇ ਨੇ ਇਨਵੋਲਵ ਬਹੁਤ ਜਲਦੀ ਫੜ ਲਏ ਜਾਣਗੇ। ਤੁਹਾਨੂੰ ਫਿਰ ਸਵਾਲ ਹੈ, ਰੰਜਿਸ਼ ਕੀ ਸੀ ਇਹਨਾਂ ਦੀ? ਰੰਜਿਸ਼ ਇਹਨਾਂ ਦੀ ਆਪਸ ਦੇ ਵਿੱਚ ਜਿੱਦਾਂ ਮੁੰਡੇ ਗਲੀ ਦੇ ਵਿੱਚ ਹੁੰਦੇ ਆ ਇੱਕ ਦੂਜੇ ਦੇ ਨਾਲ, ਇੱਕੋ ਗਲੀ ਦੇ ਵਿੱਚ ਰਹਿਣ ਵਾਲੇ ਹੈਗੇ ਨੇ, ਸੋ ਉਸ ਟਾਈਪ ਦੀ ਸੀਗੀ ਜਿੱਦਾਂ ਆਪਸ ਦੇ ਵਿੱਚ ਇਹਨਾਂ ਦੀ ਥੋੜ੍ਹੀ 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 ਬਹੁਤੀ ਘੂਰ ਵੱਡੀ ਮਾਰਨੀ ਇੱਕ ਦੂਜੇ ਨੂੰ ਅਤੇ ਉਹਦੀ ਰੰਜਿਸ਼, ਮੈਂ ਵੱਡਾ ਤੂੰ ਛੋਟਾ ਮੈਂ ਵੱਡਾ, ਇਸ ਟਾਈਪ ਦੀ ਸੀਗੀ। ਤਾਂ ਬਿਲਕੁਲ ਇਹ ਸਨ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਤੇ ਕਿਸ ਤਰੀਕੇ ਨਾਲ ਜਿਹੜੀ ਘਟਨਾ ਵਾਪਰੀ ਆ ਤੁਹਾਨੂੰ ਦੱਸ ਦਈਏ ਕਿ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਜ਼ਰੂਰ ਆਉਂਦੀਆਂ ਨੇ ਪਰ ਪੁਲਿਸ ਵੱਲੋਂ ਛਕੰਜਾ ਕੱਸਿਆ ਜਾਂਦਾ ਹੈ, ਉਹਨਾਂ ਆਰੋਪੀਆਂ ਨੂੰ ਜੇਲ੍ਹ ਦੀ ਸਲਾਖਾ ਦੇ ਪਿੱਛੇ ਭੇਜਣ ਵਾਸਤੇ ਹਰ ਤਿਆਰੀ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ। ਤਾਂ ਬੀਤੇ ਕੱਲ੍ਹ ਜਿਹੜੀ ਘਟਨਾ ਵਾਪਰੀ ਆ ਇਹਨੂੰ ਜਲਦ ਤੋਂ ਜਲਦ ਸੁਲਝਾ ਲਿੱਤਾ ਗਿਆ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।